ਸ਼੍ਰੀਕਾਲ ਜੀ ਬਹੁਤ ਮਿਹਰਬਾਨੀ ਤੁਹਾਡੀ ਇੱਕ ਤਾਂ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਭਾਈ ਸਾਹਿਬ ਦਾ ਬੜਾ ਅਫਸੋਸ ਹੈ ਤਾਂ ਬੜਾ ਨੁਕਸਾਨ ਹੋ ਗਿਆ ਤੁਹਾਡਾ ਪਰਿਵਾਰ ਦਾ ਚਲੋ ਪਰਮਾਤਮਾ ਭਾਣਾ ਮੰਨਣ ਦਾ ਬਲ ਬਖਸ਼ੇਗਾ ਤੁਹਾਨੂੰ ਦੂਸਰਾ ਅੱਜ ਗੰਨੇ ਵਾਸਤੇ ਜਥੇਬੰਦੀਆਂ ਤੁਹਾਡੇ ਤੋਂ ਹੀ ਇਜਾਜ਼ਤ ਲੈ ਕੇ ਆਈਆਂ ਸੀ ਤਾਂ ਅਸੀਂ ਉਹਨਾਂ ਨੂੰ ਸ਼ੂਗਰ ਮਿੱਲ ਵਾਲਿਆਂ ਨੂੰ ਬੁਲਾ ਲੈਂਦੇ ਇਸ ਮਸਲੇ ਨੂੰ ਹੱਲ ਕਰਦੇ ਹਾਂ ਤਾਂ ਤੁਹਾਡੀ ਕਿਆ ਸਲਾਹ ਹੈ ਕਿਸ ਤਰ੍ਹਾਂ ਕਰੀਏ ਮਿੱਲਾਂ ਤਾਂ ਮੈਂ ਰੁਕਣੇ ਨਹੀਂ ਦੇਣੀਆਂ ਇਹ ਤਾਂ ਤੁਹਾਡਾ ਆਸ਼ੀਰਵਾਦ ਸਾਡੇ ਨਾਲ ਹੈਗਾ ਇਹ ਨਾ ਤੁਸੀਂ ਫਿਕਰ ਕਰੋ ਮਿੱਲਾਂ ਟਾਈਮ ਸਿਰ ਚਲਾ ਦਾਂਗੇ ਕੋਈ ਫਿਕਰ ਨਾ ਕਰੋ ਮੈਂ ਕੱਲ੍ਹ ਪਰਸੋਂ ਨੂੰ ਉਹਨਾਂ ਨੂੰ ਬੁਲਾਉਂਦਾ ਹਰ ਹਾਲ ਦੇ ਵਿੱਚ ਉਹਨਾਂ ਨੂੰ ਕਹਿੰਦਾ ਮਿੱਲਾਂ ਚਾਲੂ ਕਰੋ ਜੋ ਮਰਜ਼ੀ ਕਰੋ ਇੱਕ ਅਸੀਂ ਸੈਸ਼ਨ ਬੁਲਾਇਆ ਸਪੈਸ਼ਲ ਤਾਂ ਉਹ ਪਹਿਲਾਂ ਜਿਹੜੀ ਕੱਚ ਰਹਿ ਗਈ ਉਹ ਦੂਰ ਕਰਦੇ ਇਹਨਾਂ ਨੂੰ ਮੂਲ 'ਤੇ ਰੱਦ ਕਰ ਦਿੰਦੇ ਅਸੀਂ ਵਿਧਾਨ ਸਭਾ 'ਚ ਤੁਸੀਂ ਇੱਕ ਸਾਡੇ 'ਤੇ ਸਾਡੀ ਮਦਦ ਕਰ ਦਿਓ ਕਿਸਾਨ ਜਥੇਬੰਦੀਆਂ ਦੇ ਤੁਸੀਂ ਲੀਡਰ ਹੋ ਇੱਕ ਸੰਯੁਕਤ ਮੋਰਚੇ ਵੱਲੋਂ ਸਾਨੂੰ ਗਾਈਡਲਾਈਨ ਦੇ ਦਿਓ ਕਿ ਜੀ ਆਹ ਤੁਸੀਂ ਪਾਸ ਕਰਨਾ ਅਸੀਂ ਉਹੀ ਪਾਸ ਕਰ ਦਾਂਗੇ ਤਾਂ ਕਿ ਕਿਸੇ ਤਰ੍ਹਾਂ ਵੀ ਕਿਸਾਨਾਂ ਦੇ ਵਿੱਚ ਇਹ ਨਾ ਰਹੇ ਆਹ ਨੁਕਤਾ ਨਹੀਂ ਉੱਪਰ ਆਇਆ ਆਹ ਬਿੰਦੀ ਨਹੀਂ ਉੱਪਰ ਆਈ ਜੋ ਤੁਸੀਂ ਲਿਖ ਕੇ ਦਿਓਗੇ ਉਹ ਪਾਸ ਕਰ ਦਾਂਗੇ ਸੈਸ਼ਨ ਅਜੇ ਟਾਈਮ ਹੈਗਾ 8 ਤਰੀਕ ਹੈ ਤੁਸੀਂ 8 ਤਰੀਕ ਤੱਕ ਮੈਨੂੰ ਨੁਕਤੇ ਬਿੰਦੀ ਵੀ ਅਸੀਂ ਹਿਲਾਉਣੇ ਨਹੀਂ ਜੋ ਕਿਸਾਨ ਜਥੇਬੰਦੀਆਂ ਸਾਨੂੰ ਲਿਖ ਕੇ ਭੇਜ ਦੇਣਗੀਆਂ ਕਿ ਜੀ ਆਹ ਤੁਸੀਂ ਪਾਸ ਕਰੋ ਉਹੀ ਅਸੀਂ ਵਿਧਾਨ ਸਭਾ ਦੇ ਵਿੱਚ ਬਿਲਕੁਲ ਮੂਲ 'ਤੇ ਰੱਦ ਕਰ ਦਾਂਗੇ ਮੈਂ ਪਹਿਲਾਂ ਵੀ ਕਿਹਾ ਸੀ ਕਿ ਇਹਨਾਂ ਨੂੰ ਮੂਲ 'ਤੇ ਰੱਦ ਕਰ ਦਿਉ ਉਦੋਂ ਅਫਸਰਾਂ ਨੇ ਡਰਾ ਲੈ ਕੇ ਜੀ ਇਹ ਹੋ ਸਕਦਾ ਜੀ ਸਾਡੀ ਸਰਕਾਰ ਤੋੜ ਦੇਣ ਮੈਨੂੰ ਤਾਂ ਕੋਈ ਬਹੁਤਾ ਫਿਕਰ ਹੈ ਨਹੀਂ ਸਰਕਾਰ ਟੁੱਟਣ ਦਾ ਤੁਸੀਂ ਜੋ ਤੁਸੀਂ ਕਹੋਗੇ ਕਿਸਾਨ ਜਥੇਬੰਦੀਆਂ ਮੈਂ ਤੁਹਾਡੇ ਨਾਲ ਸਾਡੀ ਸਰਕਾਰ ਤਾਂ ਪੂਰੀ ਖੜੇਗੀ ਹੁਣ ਵੀ ਅਸੀਂ ਬੜੀ ਹੁਣ ਕਰ ਦੇਣੀ ਫਿਕਰ ਨਾ ਕਰੋ ਤੁਸੀਂ ਸਾਨੂੰ ਲਿਖ ਕੇ ਭੇਜੋ ਜੋ ਲਿਖ ਕੇ ਭੇਜੋਗੇ ਉਹੀ ਪਾਸ ਹੋਏਗਾ ਜਥੇਬੰਦੀਆਂ ਦੇ ਹਰ ਤਰੀਕੇ ਦੇ ਨਾਲ ਹੈ ਅਸੀਂ ਬਹੁਤ ਧੰਨਵਾਦ ਤੁਹਾਡਾ ਜੀ ਮੈਂ ਆਊਂਗਾ ਵੀ ਕਿਸੇ ਦਿਨ ਅਫਸੋਸ ਕਰਨ ਜਿਸ ਦਿਨ ਤੁਸੀਂ ਪਿੰਡ ਹੋਏ